ਸਤਿ ਸ੍ਰੀ ਅਕਾਲ ਜੀ। ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਇੱਥੇ ਖਤਮ ਕੀਤੀ ਸੀ ਕਿ ਕਿਵੇਂ ਬੇਲਾ ਸਿੰਘ ਗੁਰਦੁਆਰਾ ਸਿੱਖ ਟੈਂਪਲ ਦੇ ਵਿੱਚ ਜਾਂਦਾ ਹੈ ਅਤੇ ਉੱਥੇ ਭਾਈ ਭਾਗ ਸਿੰਘ ਦਾ ਕਤਲ ਕਰਦਾ ਹੈ ਅਤੇ ਉੱਥੇ ਹਫੜਾ ਦਫੜੀ ਮੱਚ ਜਾਂਦੀ ਹੈ, ਜਿੱਥੇ ਉਹ ਹੋਰ ਵੀ ਗੋਲੀਆਂ ਚਲਾਉਂਦਾ ਹੈ ਜਿਹਦੇ ਵਿੱਚ ਭਾਈ ਬਦਨ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਹੋਰ ਬਹੁਤ ਸਾਰੇ ਵਿਅਕਤੀ ਜ਼ਖਮੀ ਹੁੰਦੇ ਨੇ ਅਤੇ ਫਿਰ ਉਸ ਤੋਂ ਬਾਅਦ ਕੱਪੜੇ ਬਦਲ ਕੇ ਅਤੇ ਜਦੋਂ ਐਂਬੂਲੈਂਸ ਜਿਹੜੀ ਹੈ ਜ਼ਖਮੀਆਂ ਨੂੰ ਲੈਣ ਵਾਸਤੇ ਆ ਜਾਂਦੀ ਹੈ ਅਤੇ ਉੱਥੇ ਖੜ ਕੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਈ ਭਾਗ ਸਿੰਘ ਹੁਣੀ ਜਿਹੜੇ ਹੈ ਜੀ ਉਹਨਾਂ ਦੀ ਮੌਤ ਹੋ ਗਈ ਹੈ ਕਿ ਨਹੀਂ ਹੋ ਗਈ। ਸੋ ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀਗਾ ਕਿ ਮੇਰੇ ਮਨ ਦੇ ਵਿੱਚ ਕਈ ਸਵਾਲ ਜਿਹੜੇ ਸੀ ਡਾਕਟਰ ਸੰਧੂ ਹੋਣਾ ਵਾਸਤੇ ਸੀਗੇ। ਸੋ ਅਗਲੀ ਗੱਲਬਾਤ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਅਤੇ ਉਹਨਾਂ ਸਵਾਲਾਂ ਦੇ ਲੈਂਦੇ ਹਾਂ ਜੀ ਆਪਾਂ ਜਵਾਬ। ਸੰਧੂ ਸਾਹਿਬ, ਤੁਹਾਡਾ ਪ੍ਰਾਈਮ ਏਸ਼ੀਆ ਦੇ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਸ਼ੁਕਰੀਆ। ਜਿਵੇਂ ਕਿ ਮੈਂ ਦੱਸ ਚੁੱਕਾ ਕਿ ਆਪਾਂ ਗੱਲਬਾਤ ਇੱਥੇ ਖਤਮ ਕੀਤੀ ਸੀ ਕਿ ਭਾਈ ਬੇਲਾ ਸਿੰਘ ਜਿਹੜਾ ਹੈ ਜੀ ਉਹ ਭਾਗ ਸਿੰਘ ਹੁਣਾਂ ਦਾ ਜਿਹੜਾ ਜੀ ਉਹ ਕਤਲ ਕਰ ਦਿੰਦਾ ਹੈ ਅਤੇ ਬੇਲਾ ਸਿੰਘ ਉਸ ਤੋਂ ਬਾਅਦ ਕੱਪੜੇ ਬਦਲ ਕੇ ਉੱਥੇ ਆਉਂਦਾ ਹੈ ਅਤੇ ਮੈਂ ਸਵਾਲ ਐਕਚੁਲੀ ਜਿਹੜੇ ਪਿਛਲੀ ਵਾਰੀ ਕੀਤੇ ਸੀ ਉਹ ਇਹ ਕੀਤੇ ਸੀਗੇ ਕਿ ਭਾਈ ਬੇਲਾ ਸਿੰਘ ਜਿਹੜਾ ਹੈ ਜੀ ਉਹ ਉਸ ਤੋਂ ਬਾਅਦ ਕੀ ਉਹ ਗ੍ਰਿਫਤਾਰ ਉਹਨੂੰ ਕੀਤਾ ਜਾਂਦਾ ਹੈ ਕਿਉਂਕਿ ਉਹ ਅੰਗਰੇਜ਼ਾਂ ਦਾ ਝੋਲੀ ਚੁੱਕ ਹੁੰਦਾ, ਉਹਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ ਮਿਲਦੀ? ਪਰ ਤੁਸੀਂ ਨਾਲ ਦੀ ਨਾਲ ਪਿਛਲੇ ਪ੍ਰੋਗਰਾਮ 'ਚ ਇਹ ਵੀ ਦੱਸ ਦਿੱਤਾ ਜਾਂਦਾ ਸੀ ਦੱਸ ਦਿੱਤਾ ਸੀਗਾ ਕਿ ਭਾਈ ਬੇਲਾ ਸਿੰਘ ਨੂੰ ਤਾਂ ਗ੍ਰਿਫਤਾਰ ਕੀਤਾ ਜਾਂਦਾ, ਉਹਦੇ ਨਾਲ ਦੇ ਨਾਲ ਭਾਈ ਮੇਵਾ ਸਿੰਘ ਲੋਪੋ ਕੇ ਬਲਵੰਤ ਸਿੰਘ ਖੁਦਪੁਰ ਅਤੇ ਹੋਰ ਬਹੁਤ ਸਾਰੇ ਸੱਜਣਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਅੱਗੇ ਕੀ ਹੁੰਦਾ ਉਹਦੇ ਬਾਰੇ ਦੱਸੋ ਜੀ। ਅਸਲ ਵਿੱਚ ਬੇਲਾ ਸਿੰਘ ਨੂੰ ਤਾਂ ਗ੍ਰਿਫਤਾਰ ਕੀਤਾ, ਇਸ ਤੋਂ ਬਾਅਦ ਨਾਲ ਹੀ ਮੇਵਾ ਸਿੰਘ ਨੂੰ ਵੀ, ਨਾਲ ਹੀ ਬਲਵੰਤ ਸਿੰਘ ਨੂੰ ਵੀ, ਨਾਲ ਹੀ ਮਿਤ ਸਿੰਘ ਅਤੇ ਰਾਜਾ ਸਿੰਘ ਨੂੰ ਅਤੇ ਨਾਲ ਹੀ ਸੋਹਣ ਲਾਲ ਨੂੰ ਜੀ। ਇਹਨਾਂ ਵਿੱਚੋਂ ਇਹ ਜਿਹੜੇ ਬਲਵੰਤ ਸਿੰਘ ਹੈਗਾ, ਸੋਹਣ ਲਾਲ ਹੈਗਾ, ਇਹਨਾਂ ਨੂੰ ਤਾਂ ਗੋਲੀਆਂ ਵੀ ਲੱਗੀਆਂ ਨੇ, ਠੀਕ ਹੈ ਨਾ। ਤਾਂ ਉਹ ਜਦੋਂ ਗੋਲੀਆਂ ਚਲਾਉਂਦਾ ਸੀਗਾ ਅਤੇ ਗੋਲੀਆਂ ਚਲਾ ਕੇ ਅਤੇ ਜਦੋਂ ਅਫੜਾ ਦਫੜੀ ਮੱਚ ਗਈ ਅਤੇ ਸਾਰੇ ਲੋਕ ਭੱਜਣੇ ਸ਼ੁਰੂ ਹੋ ਗਏ ਅਤੇ ਖੂਨ ਜਿਹੜਾ ਸੀਗਾ ਉਹਦੀਆਂ ਘਰਾਲਾਂ ਪੌੜੀਆਂ 'ਚੋਂ ਵਗਦੀਆਂ ਹੋਈਆਂ ਥੱਲੇ ਤੱਕ ਆ ਗਈਆਂ ਸੀਗੀਆਂ ਅਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਆਉਂਦੀ ਆ ਅਤੇ ਐਂਬੂਲੈਂਸ ਆਉਂਦੀ ਆ, ਉਸ ਵੇਲੇ ਸਾਰੇ ਜ਼ਖਮੀ ਜਿਹੜੇ ਉਦੋਂ ਅਜੇ ਜਿਹੜੇ ਕੋਈ ਵੀ ਉਹਨਾਂ ਵਿੱਚੋਂ ਭਾਈ ਭਾਗ ਸਿੰਘ ਜਾਂ ਬਦਨ ਸਿੰਘ ਵੀ ਅਜੇ ਜਿਹੜੇ ਨੇ ਉਹ ਜਿਉਂਦੇ ਸਨ, ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਨੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦੀ ਮੁੱਢਲੀ ਸਹਾਇਤਾ ਕਰਕੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਅਤੇ ਤੁਰਤ ਜਿਹੜੇ ਉਸ ਵੇਲੇ ਬਿਆਨ ਲੈ ਗਏ ਜਿਨ੍ਹਾਂ ਲੋਕਾਂ ਦੇ ਕੋਲੋਂ, ਉਹਨਾਂ ਦੇ ਵਿੱਚ ਜਿਵੇਂ ਮਸਲਨ ਆਪਾਂ ਕਹਿ ਸਕਦੇ ਹਾਂ ਕਿ ਦਲੀਪ ਸਿੰਘ ਉਹਦੇ ਸੱਜੇ ਪੱਟ ਵਿੱਚ ਗੋਲੀ ਵੱਜੀ ਸੀ ਜੀ, ਉਹਦਾ ਬਿਆਨ ਇਹ ਆ ਕਿ ਉਹਨੇ ਆਪ ਆਪਣੀਆਂ ਅੱਖਾਂ ਦੇ ਨਾਲ ਬੇਲਾ ਸਿੰਘ ਨੂੰ ਆਪਣੀਆਂ ਦੋਵਾਂ ਜੇਬਾਂ ਦੇ ਵਿੱਚੋਂ ਪਿਸਤੌਲ ਕੱਢਦਿਆਂ ਵੇਖਿਆ ਅਤੇ ਗੋਲੀਆਂ ਚਲਾਉਂਦਿਆਂ ਵੇਖਿਆ। ਇਸੇ ਤਰ੍ਹਾਂ ਹੀ ਜਿਹੜੇ ਅਰਜਨ ਸਿੰਘ ਦੀ ਮੌਤ ਹੋ ਗਈ ਸੀ ਗਲ 'ਚ ਗੋਲੀ ਲੱਗਣ ਕਰਕੇ ਅਤੇ ਜਿਹਦੇ ਗੁੱਸੇ 'ਚ ਆ ਕੇ ਬਦਲੇ ਵਜੋਂ ਬੇਲਾ ਸਿੰਘ ਨੇ ਆ ਕੇ ਗੋਲੀਆਂ ਚਲਾਈਆਂ ਸੀ, ਉਹਦੇ ਭਰਾ ਜਵਾਲਾ ਸਿੰਘ ਨੂੰ ਵੀ ਗੋਲੀ ਲੱਗੀ ਜੀ। ਉਹ ਜਵਾਲਾ ਸਿੰਘ ਨੇ ਵੀ ਇਹ ਕਿਹਾ ਕਿ ਬੇਲਾ ਸਿੰਘ ਨੇ ਭਾਈ ਭਾਗ ਸਿੰਘ ਉੱਤੇ ਗੋਲੀਆਂ ਚਲਾਈਆਂ ਅਤੇ ਮੈਂ ਇਹਨੂੰ ਆਪ ਵੇਖਿਆ ਜੀ। ਭਾਈ ਬਲਵੰਤ ਸਿੰਘ ਨੇ ਇਹ ਕਿਹਾ, ਉਹਦਾ ਜਿਹੜਾ ਬਿਆਨ ਸੀ ਉਹਨੇ ਕਿਹਾ ਕਿ ਬੇਲਾ ਸਿੰਘ ਦੇ ਦੋਵਾਂ ਹੱਥਾਂ ਦੇ ਵਿੱਚ ਪਿਸਤੌਲ ਸੀਗੇ ਅਤੇ ਉਹ ਸੰਗਤ ਦੇ ਪੱਛਮੀ ਹਿੱਸੇ ਵੱਲ ਮੂੰਹ ਕਰਕੇ ਅਤੇ ਲਗਾਤਾਰ ਧੜਾ ਧੜ ਗੋਲੀਆਂ ਚਲਾਈ ਜਾ ਰਿਹਾ ਸੀ। ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਸੋਹਣ ਲਾਲ ਨੇ ਦਿੱਤਾ। ਜਦੋਂ ਭਾਈ ਭਾਗ ਸਿੰਘ ਹੋਰਾਂ ਦੇ ਹਸਪਤਾਲ ਦੇ ਵਿੱਚ ਜ਼ਖਮ ਸਾਫ਼ ਕਰਕੇ ਅਤੇ ਉਹਨਾਂ ਨੂੰ ਟਾਂਕੇ ਲਾਏ ਜਾ ਰਹੇ ਸਨ ਉਹਨਾਂ ਦੇ ਜ਼ਖਮਾਂ ਨੂੰ, ਪਿੱਛੇ ਗੋਲੀਆਂ ਵੱਜੀਆਂ ਸੀ ਜਿਹੜੀਆਂ ਉਹਨਾਂ ਦੇ ਫੇਫੜਿਆਂ ਦੇ ਵਿੱਚ ਉਹਦੀ ਲੰਘ ਗਈਆਂ ਸੀਗੀਆਂ, ਤਾਂ ਉਸ ਵੇਲੇ ਜਸਟਿਸ ਆਫ ਪੀਸ ਅਤੇ ਹੌਪਕਿਨਸਨ ਅਤੇ ਪੁਲਿਸ ਦੇ ਅਫਸਰ ਜਿਹੜੇ ਨੇ ਉਹ ਭਾਗ ਸਿੰਘ ਹੋਰਾਂ ਦਾ ਬਿਆਨ ਲੈਣ ਵਾਸਤੇ ਉੱਥੇ ਪਹੁੰਚਦੇ ਨੇ ਅਤੇ ਉਹਨਾਂ ਆਪਣੇ ਸਾਥੀਆਂ ਨੂੰ ਉਸ ਵੇਲੇ ਭਾਈ ਭਾਗ ਸਿੰਘ ਇਹ ਕਹਿ ਰਿਹਾ ਕਿ ਤੁਸੀਂ ਮੇਰੀ ਜਾਨ ਬਚਾਉਣ ਲਈ ਜਿਹੜੀ ਚਾਰਾਜੋਈ ਕਰਦੇ ਪਏ ਉਹਨਾਂ ਦਾ ਕੋਈ ਫਾਇਦਾ ਨਹੀਂ ਗਾ, ਮੈਂ ਹੁਣ ਆਖਰੀ ਸਵਾਸ ਦਿੰਦੇ ਹਾਂ। ਪਰ ਇਹਦੇ ਬਾਵਜੂਦ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਵੀ ਕੀ ਹੋਇਆ, ਤੁਹਾਨੂੰ ਕਿਹਨੇ ਗੋਲੀ ਮਾਰੀ, ਅਤੇ ਭਾਈ ਭਾਗ ਸਿੰਘ ਨੇ ਵੀ ਇਹ ਬਿਆਨ ਦਿੱਤਾ ਆਪਣੇ ਮੌਤ ਤੋਂ ਪਹਿਲਾਂ ਕਿ ਮੈਨੂੰ ਗੋਲੀ ਜਿਹੜੀ ਸੀ ਉਹ ਬੇਲਾ ਸਿੰਘ ਨੇ ਮਾਰੀ ਹੈ ਜੀ। ਇਹ ਸਾਰੇ ਚਸ਼ਮਦੀਦ ਗਵਾਹ ਨੇ ਔਰ ਇਹਨਾਂ ਵਿੱਚੋਂ ਬਹੁਤਿਆਂ ਨੂੰ ਗੋਲੀਆਂ ਵੱਜੀਆਂ ਹੋਈਆਂ ਨੇ, ਜਿਹਨਾਂ ਨੂੰ ਆਪ ਗੋਲੀਆਂ ਵੱਜੀਆਂ ਨੇ ਉਹ ਕਹਿੰਦੇ ਨੇ ਕਿ ਸਾਨੂੰ ਬੇਲਾ ਸਿੰਘ ਨੇ ਗੋਲੀ ਮਾਰੀ ਹੋਈ ਹੈ। ਇਹ ਬਿਆਨ ਦੇ ਕੇ ਅਜੇ ਹਾਪਕਿਨਸਨ ਨੇ ਉਹਨਾਂ ਦਾ ਬਿਆਨ ਲਿਖਿਆ ਸੀਗਾ ਕਿ ਉਹਨਾਂ ਨੇ ਆਪਣੇ ਸਵਾਸ ਤਿਆਗ ਦਿੱਤੇ ਅਤੇ ਉਹ ਆਪਣੇ ਬਿਆਨ ਨੂੰ ਦੁਬਾਰਾ ਸੁਣਾਇਆ ਜਾਂਦਾ ਨਾ ਵੀ ਤੂੰ ਅੱਜ ਬਿਆਨ ਦਿੱਤਾ, ਉਹ ਸੁਣਨ ਤੋਂ ਪਹਿਲਾਂ ਹੀ ਆਪਣੇ ਪ੍ਰਾਣ ਜਿਹੜੇ ਸੀ ਤਿਆਗ ਗਏ। ਇਸ ਤਰ੍ਹਾਂ ਭਾਈ ਬਦਨ ਸਿੰਘ ਵੀ ਪ੍ਰਾਣ ਤਿਆਗ ਗਏ। ਹੁਣ ਸਿਤਮ ਜ਼ਰੀਫੀ ਜਿਹੜੀ ਹੈ ਨਾ ਇਹ ਹੈਗੀ ਆ ਕਿ ਬੇਲਾ ਸਾਰੇ ਜ਼ਖਮੀ ਜਿਹੜੇ ਨੇ
ਉਹ ਕਹਿੰਦੇ ਪਏ ਨੇ ਕਿ ਬੇਲਾ ਸਿੰਘ ਨੇ ਮਤਲਬ ਗੋਲੀ ਚਲਾਈ ਹੋਈ ਆ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਾਰ ਬੰਦੇ ਇਹ ਜਿਹੜੇ ਛੱਡੇ ਨਹੀਂ ਗਏ ਮੇਵਾ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਮੇਵਾ ਸਿੰਘ ਕਿਉਂਕਿ ਜ਼ਾਹਰਾ ਤੌਰ 'ਤੇ ਸਾਰਿਆਂ ਨੇ ਦੱਸਿਆ ਵੀ ਇਹ ਤਾਂ ਕੀਰਤਨ ਕਰਦਾ ਪਿਆ ਸੀਗਾ ਹੈ ਨਾ ਤਾਂ ਸ਼ਾਇਦ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਪਹਿਲੀ ਗੱਲ ਹੀ ਚੱਲਦੀ ਪਈ ਸੀ ਮੇਵਾ ਸਿੰਘ ਨੂੰ ਵਰਤਾਂਗੇ ਕਿਤੇ ਠੀਕ ਹੈ ਨਾ ਤਾਂ ਉਹਨਾਂ ਨੇ ਮੇਵਾ ਸਿੰਘ ਨੂੰ ਜਿਹੜਾ ਕਿ ਨਹੀਂ ਉਹ ਛੱਡ ਦਿੱਤਾ ਬਾਕੀ ਚਾਰੇ ਜਿਹੜੇ ਗ੍ਰਿਫਤਾਰ ਕਰ ਲਏ ਅਤੇ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਜਿਹੜਾ ਉਹ ਬਾਅਦ ਦੇ ਵਿੱਚ ਦੋ ਹਫ਼ਤੇ ਤਿੰਨ ਹਫ਼ਤੇ ਦੇ ਬਾਅਦ ਜਿਹੜਾ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਛੱਡਿਆ ਜਾਂਦਾ ਅਤੇ ਇਹਦੇ ਉਲਟ ਬੇਲਾ ਸਿੰਘ ਨੇ ਜਿਹੜੀ ਕਹਾਣੀ ਬਣਾਈ ਉਹਨੇ ਇਹ ਕਹਾਣੀ ਬਣਾਈ ਕਿ ਮੈਂ ਤਾਂ ਆਪਣੇ ਡਿਫੈਂਸ ਦੇ ਵਿੱਚ ਸਵੈ ਰੱਖਿਆ ਦੇ ਵਿੱਚ ਗੋਲੀ ਚਲਾਈ ਹੈ ਵੀ ਸਵੈ ਰੱਖਿਆ 'ਚ ਤੂੰ ਦੋ ਦੋ ਪਿਸਤੌਲ ਜੇਬਾਂ 'ਚ ਪਾਈ ਫਿਰਦਾ ਹੈ ਨਾ ਉਹਨੇ ਕਿਹਾ ਵੀ ਮੈਂ ਜਦੋਂ ਗਿਆ ਹਾਂ ਉੱਥੇ ਅਤੇ ਮੱਥਾ ਟੇਕਿਆ ਅਤੇ ਭਾਗ ਸਿੰਘ ਜਿਹੜਾ ਉਹਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਲਵਾਰ ਪਈ ਹੁੰਦੀ ਆ ਉਹਨੇ ਚੁੱਕੀ ਮੈਨੂੰ ਮਾਰਨ ਦੇ ਵਾਸਤੇ ਚੁੱਕਣ ਲੱਗਾ ਸੀਗਾ ਅਤੇ ਮੈਂ ਇਸ ਤੋਂ ਪਹਿਲਾਂ ਕਿ ਮੈਨੂੰ ਮਾਰਦਾ ਮੈਂ ਉਹਨੂੰ ਗੋਲੀ ਮਾਰ ਦਿੱਤੀ ਇਸ ਤਰ੍ਹਾਂ ਉਹਦੇ ਜਿਹੜੇ ਦੂਜੇ ਸਾਥੀ ਆ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਕਿਉਂਕਿ ਜਿਹੜੀਆਂ ਗਵਾਹੀਆਂ ਉਹਨਾਂ ਨੇ ਦਿੱਤੀਆਂ ਉਹਨਾਂ ਨੇ ਕਿਹਾ ਜੀ ਉਹ ਜਾ ਕੇ ਬੈਠਾ ਸੀਗਾ ਅਤੇ ਬੇਲਾ ਸਿੰਘ ਸਾਡਾ ਸਾਥੀ ਜਿਹੜਾ ਅਤੇ ਉੱਥੇ ਭਾਗ ਸਿੰਘ ਦੇ ਨਾਲ ਗੁਰਦੁਆਰੇ ਦੀ ਸੇਵਾ ਨੂੰ ਲੈ ਕੇ ਕੋਈ ਤਕਰਾਰ ਹੋਈ ਹੈ ਠੀਕ ਹੈ ਨਾ ਅਤੇ ਉਹ ਭਾਗ ਸਿੰਘ ਉਹਦੀ ਤਲਵਾਰ ਚੁੱਕਣ ਲੱਗੇ ਆ ਅਤੇ ਇਸ ਤੋਂ ਪਹਿਲਾਂ ਕਿ ਉਹ ਤਲਵਾਰ ਚੁੱਕਦੇ ਬੇਲਾ ਸਿੰਘ ਨੇ ਆਪਣੇ ਜਿਹੜੇ ਉਹ ਸਵੈ ਰੱਖਿਆ ਦੇ ਵਿੱਚ ਗੋਲੀ ਚਲਾਈ ਹੋਈ ਹੈ ਤੋ ਇਹ ਜਿਹੜਾ ਸਿਲਸਿਲਾ ਸੀ ਕਿ ਨਹੀਂ ਇਹ ਬੇਲਾ ਸਿੰਘ ਦੇ ਉੱਤੇ ਮੁਕੱਦਮਾ ਚੱਲਦਾ ਬਾਕੀਆਂ ਦੇ ਉੱਤੇ ਵੀ ਚੱਲਦਾ ਡਾਕਟਰ ਸਾਹਿਬ ਮੁਕੱਦਮੇ ਦਾ ਜਿਹੜਾ ਫੈਸਲਾ ਕਿਵੇਂ ਹੁੰਦਾ ਕਿਉਂਕਿ ਕੋਰਟ ਹੈ ਜਿਹੜੀ ਉਹ ਸਬੂਤਾਂ ਦੇ ਆਧਾਰ 'ਤੇ ਗਵਾਹਾਂ ਦੇ ਆਧਾਰ 'ਤੇ ਜਿਹੜਾ ਫੈਸਲਾ ਕਰਦੀ ਹੈ ਪਰ ਇੱਥੇ ਤਾਂ ਸਾਰਿਆਂ ਨੇ ਵੇਖਿਆ ਸੀ ਕਿ ਬੇਲਾ ਸਿੰਘ ਜਿਹੜਾ ਹੈ ਉਹ ਭਾਗ ਸਿੰਘ ਦੇ ਉੱਪਰ ਸ਼ਹਿਰੇਆਮ ਗੁਰਦੁਆਰੇ ਦੇ ਵਿੱਚ ਗੋਲੀਆਂ ਚਲਾ ਰਿਹਾ ਫਿਰ ਉਸ ਤੋਂ ਬਾਅਦ ਮੁਕੱਦਮੇ ਦਾ ਕੀ ਫੈਸਲਾ ਹੁੰਦਾ ਇਹ ਵੀ ਜਾਣਦੇ ਹਾਂ ਦੋਸਤੋ ਸਮਾਂ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਿਹੜੀ ਹੈ ਅਗਲੀ ਗੱਲਬਾਤ ਆਪਾਂ ਡਾਕਟਰ ਸਾਹਿਬ ਉਹਨਾਂ ਦੇ ਨਾਲ ਕਰਦੇ ਹਾਂ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਬੇਲਾ ਸਿੰਘ ਕਤਲ ਤੋਂ ਬਾਅਦ ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਹਨੇ ਇਹ ਗੱਲ ਕੋਰਟ ਦੇ ਸਾਹਮਣੇ ਪੇਸ਼ ਕੀਤੀ ਇਹ ਦਲੀਲ ਰੱਖੀ ਕਿ ਮੈਂ ਤਾਂ ਸੈਲਫ ਡਿਫੈਂਸ ਦੇ ਵਿੱਚ ਜੀ ਗੋਲੀ ਚਲਾਈ ਹੈ ਅੱਗੇ ਕੀ ਹੋਇਆ ਇਹ ਜਾਣਦੇ ਹੋ ਡਾਕਟਰ ਵਰਿਆਮ ਸਿੰਘ ਸੰਧੂ ਹੋਣਾ ਕੋਲ ਡਾਕਟਰ ਸਾਹਿਬ ਜਿਵੇਂ ਕਿ ਸਾਰਿਆਂ ਨੇ ਉੱਥੇ ਵੇਖਿਆ ਸ਼ਰੇਆਮ ਵੇਖਿਆ ਕਿ ਭਾਗ ਸਿੰਘ ਨੂੰ ਕਤਲ ਕਰਨ ਵਾਲਾ ਬੇਲਾ ਸਿੰਘ ਹੀ ਹੈ ਔਰ ਬਦਨ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਸੋ ਇਹਨਾਂ ਦੋਨਾਂ ਜਿਹੜੇ ਸੱਜਣਾਂ ਦਾ ਜਿਹੜਾ ਕਤਲ ਹੈ ਬੇਲਾ ਸਿੰਘ ਦੇ ਹੱਥੋਂ ਹੀ ਹੋਇਆ ਔਰ ਸ਼ਰੇਆਮ ਸਾਰੇ ਗਵਾਹ ਭੁਗਤੇ ਕਿ ਨਹੀਂ ਭੁਗਤੇ ਮੈਂ ਜਾਣਨਾ ਚਾਹੁੰਦਾ ਵੀ ਕੋਰਟ ਜਿਹੜੀ ਆ ਜੀ ਉਹ ਤਾਂ ਗਵਾਹਾਂ ਦੇ ਉਹਨਾਂ ਦੇ ਤੱਥਾਂ ਦੇ ਆਧਾਰ ਦੇ ਉੱਪਰ ਸਬੂਤਾਂ ਦੇ ਆਧਾਰ 'ਤੇ ਫੈਸਲਾ ਸੁਣਾਉਂਦੀ ਹੈ ਜੀ ਫਿਰ ਕੀ ਹੋਇਆ ਅੱਗੇ ਕੋਰਟ ਦਾ ਫੈਸਲਾ ਇਸ ਤੋਂ ਪਹਿਲਾਂ ਕੋਰਟ ਦਾ ਫੈਸਲਾ ਵੀ ਦੱਸਦਾ ਪਹਿਲਾਂ ਮੈਂ ਜਿਹੜੇ ਇਸ ਘਟਨਾਕ੍ਰਮ ਦਾ ਕਿਉਂਕਿ ਆਪਾਂ ਗੱਲ ਮੇਵਾ ਸਿੰਘ ਦੇ ਉੱਤੇ ਫੋਕਸ ਕਰ ਰਹੇ ਹਾਂ ਜੀ ਇਸ ਘਟਨਾਕ੍ਰਮ ਦਾ ਮੇਵਾ ਸਿੰਘ ਦੇ ਉੱਤੇ ਬਹੁਤ ਦੁਖਾਂਤਕ ਅਸਰ ਹੋਇਆ ਸਾਰੇ ਭਾਈਚਾਰੇ ਦੇ ਉੱਤੇ ਵੈਸੇ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਭਾਈ ਬਦਨ ਸਿੰਘ ਦੇ ਭਾਈ ਭਾਗ ਸਿੰਘ ਦਾ ਲਗਭਗ ਕਹਿੰਦੇ ਨੇ ਵੀ 1000 ਦੇ ਲਗਭਗ ਜਿਹੜਾ ਹਿੰਦੀ ਸੀਗਾ ਉਹ ਉਹਨਾਂ ਦੇ ਜਿਹੜਾ ਅੰਤਮ ਰਸਮਾਂ ਜਿਹੜੀਆਂ ਸੀ ਉਹਦੇ ਵਿੱਚ ਸ਼ਾਮਿਲ ਹੋਏ ਸੰਸਕਾਰ ਉਸ ਵੇਲੇ ਭਾਈ ਮੇਵਾ ਸਿੰਘ ਜੇਲ੍ਹ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਸੀ ਜੀ ਨਹੀਂ ਮੇਵਾ ਸਿੰਘ ਨੂੰ ਤਾਂ ਛੱਡ ਦਿੱਤਾ ਸੀ ਛੱਡ ਦਿੱਤਾ ਸੀ ਮੇਵਾ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਫਿਰ ਉਹਨਾਂ ਨੂੰ ਛੱਡ ਦਿੱਤਾ ਸੀਗਾ ਅਤੇ ਦੂਜੀ ਗੱਲ ਜਿਹੜੀ ਇਹ ਸੀ ਨਾ ਕਿ ਦੁਖਾਂਤਕ ਗੱਲ ਇਹ ਸੀ ਕਿ ਭਾਈ ਭਾਗ ਸਿੰਘ ਦੀ ਪਤਨੀ ਜਿਹੜੀ ਸੀਗੀ ਉਹ ਇਸ ਤੋਂ ਪਹਿਲਾਂ ਗੁਜ਼ਰ ਚੁੱਕੀ ਸੀਗੀ ਠੀਕ ਹੈ ਕੁਝ ਸਮੇਂ ਪਹਿਲਾਂ ਅਤੇ ਉਹਦਾ ਇੱਕ ਬੱਚਾ ਸੀਗਾ ਅਤੇ ਇੱਕ ਬੱਚੀ ਸੀ ਛੋਟੀ ਜੀ ਭਾਈ ਮੇਵਾ ਸਿੰਘ ਉਹਨਾਂ ਬੱਚਿਆਂ ਨੂੰ ਖਿਡਾਉਂਦਾ ਹੁੰਦਾ ਸੀ
ਤੁਸੀਂ ਪਿਛਲੇ ਪ੍ਰੋਗਰਾਮਸ ਦੇ ਵਿੱਚ ਜਦੋਂ ਭਾਈ ਭਾਗ ਸਿੰਘ ਹੁਣਾਂ ਬਾਰੇ ਪ੍ਰੋਗਰਾਮ ਕੀਤਾ ਸੀ, ਤੁਸੀਂ ਵਿਸਥਾਰ ਨਾਲ ਦੱਸਿਆ ਵੀ ਸੀ। ਹਾਂਜੀ, ਕਿਉਂਕਿ ਉਹਦੀ ਜ਼ਿੰਮੇਵਾਰੀ ਤਾਂ ਇਹ ਲਈ ਸੀ ਕਿ ਬੀਬੀ ਕਰਤਾਰ ਕੌਰ ਨੇ, ਜਿਹੜੀ ਬੀਬੀ ਬਲਵੰਤ ਭਾਈ ਬਲਵੰਤ ਸਿੰਘ ਦੀ ਪਤਨੀ ਸੀਗੀ, ਉਹਨੇ ਕਿਹਾ ਸੀ ਮੈਂ ਇਹਨਾਂ ਨੂੰ ਪਾਲਾਂਗੀ ਸੰਭਾਲਾਂਗੀ। ਅਤੇ ਪਰ ਜਿਹੜਾ ਮੇਵਾ ਸਿੰਘ ਸੀਗਾ ਉਹ ਉਹਨਾਂ ਬੱਚਿਆਂ ਨਾਲ ਬਹੁਤ ਪਿਆਰ ਕਰਦਾ ਸੀਗਾ, ਜਿਵੇਂ ਪਹਿਲਾਂ ਪ੍ਰੋਫੈਸਰ ਤੇਜਾ ਸਿੰਘ ਦੇ ਬੱਚੇ ਸਨ ਉਹਨਾਂ ਨਾਲ ਵੀ ਪਿਆਰ ਕਰਦਾ, ਬੱਚਿਆਂ ਦੇ ਨਾਲ ਜਿਵੇਂ ਉਹਦਾ ਲਗਾਓ ਸੀਗਾ। ਅਤੇ ਉਹਨੂੰ ਇਹ ਜਿਹੜੀ ਉਹਨਾਂ ਦਾ ਯਤੀਮ ਹੋ ਜਾਣਾ ਜਿਹੜਾ ਸੀ ਨਾ, ਇਹ ਇਸ ਗੱਲ ਨੇ ਵੀ ਉਹਨੂੰ ਬਹੁਤ ਦੁੱਖ ਦਿੱਤਾ। ਅਤੇ ਇਹ ਰੋਸ ਵੀ ਉਹਦੇ ਮਨ ਦੇ ਵਿੱਚ ਸੀਗਾ। ਅੱਗੇ ਹੁਣ ਜਿਹੜੀ ਗੱਲ ਜਿਹੜੀ ਤੁਸੀਂ ਮੁਕੱਦਮੇ ਦੀ ਕਰਦੇ ਹੋ ਕਿ ਬੇਲਾ ਸਿੰਘ ਗ੍ਰਿਫਤਾਰ ਹੋ ਗਿਆ, ਬਾਕੀ ਸੱਜਣ ਵੀ ਗ੍ਰਿਫਤਾਰ ਹੋ ਗਏ, ਗਵਾਹੀਆਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ, ਜਿਹੜੇ ਭਾਈ ਭਾਗ ਸਿੰਘ ਹੋਰਾਂ ਦੇ ਵੱਲੋਂ ਵਕੀਲ ਸਨ ਅਤੇ ਉਹਨਾਂ ਦੇ ਜਿਹੜੇ ਸਾਥੀ ਗਵਾਹ ਸਨ ਉਹ ਗਵਾਹ ਉਹਨਾਂ ਦੇ ਵੱਲੋਂ। ਗਰਦਾਰ ਟੋਲਾ ਵੀ ਉਸ ਵੇਲੇ ਕੁਝ ਸੀਗੇ ਸਿੱਖ ਟੈਂਪਲ ਦੇ ਵਿੱਚ ਮੌਜੂਦ ਜੀ, ਬੇਲਾ ਸਿੰਘ ਦੇ ਸਾਥੀ ਹੋਵੇ ਜਾਂ ਨਾ ਹੋਵੇ, ਮਤਲਬ ਜਦੋਂ ਗਵਾਹ ਭੁਗਤਾਉਣੇ ਹੁੰਦੇ ਆ ਉਹਦੇ ਝੂਠੇ ਵੀ ਭੁਗਤਦੇ ਆ, ਠੀਕ ਆ ਕਿ ਨਹੀਂ ਹੈ। ਤਾਂ ਉਹਨਾਂ ਦੇ ਜਿਹੜੇ ਗਵਾਹ ਸੀ ਉਹਨਾਂ ਨੇ ਵੀ ਆਪਣੇ ਭੁਗਤਾਏ, ਇਹਨਾਂ ਨੇ ਵੀ ਆਪਣੇ ਭੁਗਤਾਏ। ਵੱਡਾ ਗਵਾਹ ਜਿਹੜਾ ਸੀਗਾ ਉਹ ਸੀ ਹਾਪਕਿੰਸ ਜੀ। ਹਾਪਕਿੰਸ ਜਿਹੜਾ ਸੀ ਉਹ ਕਦੀ ਵੀ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਹਦਾ ਜਿਹੜਾ ਕੇਂਦਰੀ ਧੁਰਾ ਹੈਗਾ ਆ ਪੰਜਾਬੀ ਭਾਈਚਾਰੇ ਦੇ ਵਿੱਚ ਬੇਲਾ ਸਿੰਘ, ਉਹਨੂੰ ਕਿਸੇ ਤਰੀਕੇ ਦੀ ਸਜ਼ਾ ਹੋ ਜਾਵੇ, ਉਹਨੂੰ ਹਰ ਹਾਲਤ ਵਿੱਚ ਛਡਾਉਣਾ ਚਾਹੁੰਦਾ ਸੀਗਾ। ਇਸ ਤੋਂ ਪਹਿਲਾਂ ਵੀ ਉਹਨੇ ਇੱਕ ਭਾਰਤੀ ਨੂੰ ਬਚਾਇਆ ਸੀਗਾ ਆਪਣੀ ਗਵਾਹੀ ਦੇ ਕੇ, ਹੁਣ ਉਹ ਗਵਾਹੀ ਦੇ ਕੇ ਅਤੇ ਬੇਲਾ ਸਿੰਘ ਨੂੰ ਬਚਾਉਣਾ ਚਾਹੁੰਦਾ ਸੀਗਾ। ਜਦੋਂ ਇਹ ਮੁਕੱਦਮਾ ਚੱਲਦਾ ਆ ਅਤੇ ਕੋਰਟ ਨੇ ਸਾਰੇ ਗਵਾਹਾਂ ਨੂੰ ਕਿਹਾ ਹੋਇਆ ਸੀਗਾ ਕਿ ਤੁਸੀਂ ਹਰ ਤਰੀਕ ਦੇ ਉੱਤੇ ਹਾਜ਼ਰ ਹੋਣਾ, ਗਵਾਹੀ ਹੋਵੇ ਭਾਵੇਂ ਨਾ ਹੋਵੇ, ਕੇਸ ਚੱਲੇ ਜਾਂ ਭਾਵੇਂ ਨਾ ਚੱਲੇ ਆ, ਜੇ ਉਹ ਜਿੰਨੀਆਂ ਵੀ ਤਰੀਕਾਂ ਪੈਂਦੀਆਂ ਰਹੀਆਂ ਸਾਰੇ ਗਵਾਹ ਜਿਹੜੇ ਸੀ ਉੱਥੇ ਹਾਜ਼ਰ ਹੁੰਦੇ ਰਹੇ ਜੀ। ਉਹਦੇ ਵਿੱਚ ਹਾਪਕਿੰਸਨ ਵੀ ਜਿਹੜਾ ਸੀਗਾ ਉਹ ਜਾਂਦਾ ਸੀਗਾ। ਹੁਣ ਇਹ ਜਿਹੜੀ ਗੱਲ ਸਿੱਖਣੀ ਵੀ ਹਾਪਕਿੰਸਨ ਗਵਾਹੀ ਦੇਵੇਗਾ ਅਤੇ ਬੇਲਾ ਸਿੰਘ ਨੂੰ ਬਚਾ ਲਵੇਗਾ, ਇਹ ਗੱਲ ਭਾਰਤੀ ਭਾਈਚਾਰੇ ਦੇ ਅੰਦਰ ਬੜੀ ਦੁੱਖ ਦੇਣ ਵਾਲੀ ਸੀਗੀ। ਸਾਰੇ ਦੇ ਮਨ ਦੇ ਵਿੱਚ ਸੀ ਵੀ ਜੇ ਬੇਲਾ ਸਿੰਘ ਬਚ ਗਿਆ, ਸਰੀਨ ਕਤਲ ਕੀਤਾ, ਅਤੇ ਇਹਦੇ ਬਾਵਜੂਦ ਜੇ ਝੂਠੀਆਂ ਗਵਾਹੀਆਂ ਅਤੇ ਹਾਪਕਿੰਸਨ ਦੀ ਸਿਫਾਰਿਸ਼ ਦੇ ਨਾਲ ਜਿਹੜਾ ਆ ਬੇਲਾ ਸਿੰਘ ਬਚ ਜਾਂਦਾ, ਅਤੇ ਫਿਰ ਅਸੀਂ ਜਿਹੜੇ ਆ ਉਹ ਕਿਸੇ ਦੇ ਅੱਗੇ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ, ਔਰ ਉਹ ਜਿਹੜੇ ਨੇ ਉਹ ਨਾਲ ਦੇ ਨਾਲ ਜਿਹੜਾ ਕਿ ਨਹੀਂ ਸਾਡੇ ਪਹਿਲਾਂ ਹੀ ਮੋਢਿਆਂ ਦੇ ਉੱਤੇ ਥੁੱਕਦੇ ਨੇ ਉਹ, ਹੈਂ, ਐਡੇ ਹੰਕਾਰੇ ਹੋਏ ਲੋਕ ਨੇ, ਅਤੇ ਫਿਰ ਤਾਂ ਅਸੀਂ ਉਹਨਾਂ ਦੇ ਅੱਗੇ ਜ਼ੀਰੋ ਹੋ ਕੇ ਰਹਿ ਜਾਵਾਂਗੇ। ਇਹ ਜਿਹੜਾ ਦੂਜਾ ਦੇਸ਼ ਭਗਤਾਂ ਦਾ ਟੋਲਾ ਸੀ ਉਹਨਾਂ ਦੇ ਮਨ ਦੇ ਵਿੱਚ ਸੀਗਾ ਜੀ। ਅਤੇ ਉਹ ਨਹੀਂ ਸੀ ਚਾਹੁੰਦੇ ਵੀ ਹਾਪਕਿੰਸਨ ਜਿਹੜਾ ਗਵਾਹੀ ਦੇਵੇ। ਮੇਵਾ ਸਿੰਘ ਨਾਲ ਸੰਬੰਧਿਤ ਜਿਹੜੀ ਗੱਲ ਇਹ ਆ, ਮੇਵਾ ਸਿੰਘ ਨਾਲ ਸੰਬੰਧਿਤ ਗੱਲ ਇਹ ਹੈ ਕਿ ਮੇਵਾ ਸਿੰਘ ਕਿਉਂਕਿ ਇਸ ਘਟਨਾਕ੍ਰਮ ਦਾ ਚਸ਼ਮਦੀਦ ਗਵਾਹ ਸੀਗਾ ਜੀ, ਅਤੇ ਚਸ਼ਮਦੀਦ ਗਵਾਹ ਹੋਣ ਦੇ ਨਾਤੇ ਉਹ ਬੇਲਾ ਸਿੰਘ ਦੇ ਖਿਲਾਫ ਚਸ਼ਮਦੀਦ ਗਵਾਹ ਵਜੋਂ ਕੋਰਟ ਵਿੱਚ ਪੇਸ਼ ਹੋਣ ਵਾਸਤੇ ਉਹ ਵੀ ਆਉਂਦਾ ਸੀਗਾ ਜੀ। ਅਤੇ ਬਾਕੀਆਂ ਨੂੰ ਤਾਂ ਉਹ ਰੋਕ ਨਹੀਂ ਸੀ ਸਕਦੇ, ਮੋੜ ਨਹੀਂ ਸੀ ਸਕਦੇ, ਜਿਹੜੇ ਹੈਗੇ ਨੇ ਹਾਪਕਿੰਸਨ ਹੋਣੀ ਅਤੇ ਰੀਡ ਹੋਣੀ, ਉਹਨਾਂ ਦਾ ਇਹ ਜ਼ੋਰ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਭਾਈ ਮੇਵਾ ਸਿੰਘ ਆ ਨਾ ਉਹ ਬੇਲਾ ਸਿੰਘ ਦੇ ਖਿਲਾਫ ਗਵਾਹੀ ਨਾ ਦੇਵੇ ਜੀ, ਸਗੋਂ ਇਹ ਕਰੇ ਕਿ ਆਪਣਾ ਬਿਆਨ ਬਦਲ ਕੇ, ਕਿਉਂਕਿ ਉਹ ਪੇਸ਼ ਤਾਂ ਉਹਨਾਂ ਵੱਲੋਂ ਹੋਣਾ ਸੀਗਾ, ਸਗੋਂ ਆਪਣਾ ਬਿਆਨ ਬਦਲ ਕੇ ਅਤੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇ ਦੇਵੇ ਜੀ। ਇਹ ਜਿਹੜੀ ਗੱਲ ਸੀਗੀ ਇਹਦੇ ਵਾਸਤੇ ਲਗਾਤਾਰ ਭਾਈ ਮੇਵਾ ਸਿੰਘ ਉੱਤੇ ਦਬਾਓ ਪਾਇਆ ਜਾ ਰਿਹਾ ਸੀਗਾ, ਲਾਲਚ ਦਿੱਤਾ ਜਾ ਰਿਹਾ ਸੀ, ਡਰਾਇਆ ਅਤੇ ਧਮਕਾਇਆ ਜਾ ਰਿਹਾ ਸੀਗਾ ਜੀ। ਬਾਬੂ ਸਿੰਘ ਨੇ ਜਿਹੜਾ ਬੇਲਾ ਸਿੰਘ ਦਾ ਯਾਰ ਸੀਗਾ ਉਹਨੇ ਉਹਨੂੰ ਕਿਹਾ ਕਿ ਜੇ ਤੂੰ ਸਾਡੇ ਆਖੇ ਲੱਗ ਜਾਵੇਂਗਾ ਤਾਂ ਚੰਗਾ ਰਵੇਗਾ, ਨਹੀਂ ਤਾਂ ਤੂੰ ਵੈਨਕੂਵਰ ਦੇ ਬਾਜ਼ਾਰਾਂ 'ਚ ਨਹੀਂ ਫਿਰ ਸਕਦਾ। ਠੀਕ ਹੈ, ਇਸੇ ਤਰ੍ਹਾਂ ਹੀ ਹਾਪਕਿੰਸਨ ਨੇ ਖੁਦ ਉਹਨੂੰ ਕਿਹਾ, ਉਹਨੂੰ ਕਿਹਾ ਕਿ ਤੇਰੇ ਲਈ ਇਹੋ ਬਿਹਤਰ ਗੱਲ ਹੋਵੇਗੀ ਮੇਵਾ ਸਿੰਘ ਕਿ ਤੂੰ ਆਪਣਾ ਬਿਆਨ ਬਦਲ ਕੇ ਅਤੇ ਬੇਲਾ ਸਿੰਘ ਦੇ ਹੱਕ ਵਿੱਚ ਕਰ ਦੇ ਜੀ। ਜੇ ਤੂੰ ਬੇਲਾ ਸਿੰਘ ਦੇ ਹੱਕ ਵਿੱਚ ਬਿਆਨ ਨਹੀਂ ਦੇਵੇਂਗਾ ਅਤੇ ਬੇਲਾ ਸਿੰਘ ਦੇ ਖਿਲਾਫ਼ ਬਿਆਨ ਦੇਵੇਂਗਾ, ਅਤੇ ਯਾਦ ਰੱਖ ਅਸੀਂ ਤੇਰੇ ਨਾਲ ਉਹੋ ਹੀ ਗੱਲ ਕਰਾਂਗੇ ਜੋ ਅਸੀਂ ਭਾਗ ਸਿੰਘ ਦੇ ਨਾਲ ਕੀਤੀ ਸੀਗੀ। ਇਹ ਗੱਲ ਜਿਹੜੀ ਆ ਇਹ ਹਾਪਕਿੰਸਨ ਨੂੰ ਧਮਕੀ ਦਿੰਦਾ ਸੀਗਾ, ਦੂਜਾ ਗਿਦਾਰ ਟੋਲਾ ਜਿਹੜਾ ਸੀ ਉਹ ਵੀ ਧਮਕੀ ਦਿੰਦਾ ਸੀਗਾ। ਇਹ ਗੱਲਾਂ ਉਹਨਾਂ ਨੇ ਮੇਵਾ ਸਿੰਘ ਉਹਨਾਂ ਨੇ ਆਪਣੇ ਬਿਆਨ ਲਿਖਤੀ ਬਿਆਨ ਵਿੱਚ ਜਿਹੜਾ ਉਹਨਾਂ ਨੇ ਜਾ ਕੇ ਕੋਰਟ ਵਿੱਚ ਦਿੱਤਾ ਉਹਦੇ 'ਚ ਅੱਗੇ ਦਰਜ ਕਰਵਾਈਆਂ ਨੇ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਇਹਨਾਂ ਦੇ ਕਰਕੇ ਹਾਪਕਿੰਸਨ ਦੇ ਬਾਰੇ ਮੇਵਾ ਸਿੰਘ ਦੇ ਮਨ ਵਿੱਚ, ਬਾਕੀ ਸਾਰੇ ਭਾਈਚਾਰੇ ਦੇ ਮਨ ਵਿੱਚ ਤਾਂ ਰੋਸ ਸੀਗਾ ਹੀ
ਕਿ ਇਹ ਬੇਲਾ ਸਿੰਘ ਨੂੰ ਬਚਾਉਣਾ ਚਾਹੁੰਦਾ ਸਾਡੇ ਦੁਸ਼ਮਣ ਨੂੰ, ਸਭ ਤੋਂ ਵੱਡੇ ਨੂੰ। ਪਰ ਮੇਵਾ ਸਿੰਘ ਦੇ ਉੱਤੇ ਦੂਹਰਾ ਦਬਾਅ ਸੀ, ਇੱਕ ਤਾਂ ਭਾਈਚਾਰਾ ਜਿਹੜਾ ਸੀ ਉਹਦੇ ਨਾਲ ਤਾਂ ਦੁੱਖ ਹੈਗਾ ਹੀ ਹੈਗਾ ਸੀ, ਉਹਦਾ ਸਾਂਝਾ ਹੀ, ਉਹਨੂੰ ਇਹ ਵੀ ਦੁੱਖ ਸੀ ਕਿ ਨਹੀਂ ਬੱਚੇ ਯਤੀਮ ਕਰਤੇ ਭਾਗ ਸਿੰਘ ਦੇ, ਅਤੇ ਨਾਲ ਦੁੱਖ ਇਹ ਸੀ ਕਿ ਮੇਰੇ ਉੱਤੇ ਨਜਾਇਜ਼ ਦਬਾਅ ਪਾਉਂਦੇ ਨੇ ਅਤੇ ਮੈਨੂੰ ਮੇਰੇ ਆਪਣੇ ਹੀ ਸਾਥੀਆਂ ਦੇ ਖਿਲਾਫ ਜਾ ਕੇ ਅਤੇ ਬੇਲਾ ਸਿੰਘ ਦੇ ਹੱਕ ਵਿੱਚ ਬਿਆਨ ਦੇਣ ਵਾਸਤੇ ਮਜਬੂਰ ਕਰਦੇ ਨੇ, ਅਤੇ ਨਾਲ ਮੈਨੂੰ ਡਰਾਉਂਦੇ ਵੀ ਅਤੇ ਧਮਕਾਉਂਦੇ ਨਹੀਂ। ਇਹ ਰੰਜ ਜਿਹੜਾ ਸੀ ਨਾ, ਹੌਲੀ ਹੌਲੀ ਧੁਖਦਾ ਧੁਖਦਾ ਲਾਟ ਬਣ ਗਿਆ ਉਹਦੇ ਮਨ ਵਿੱਚ। ਡਾਕਟਰ ਸਾਹਿਬ, ਇਸ ਤੋਂ ਬਾਅਦ ਭਾਈ ਮੇਵਾ ਸਿੰਘ ਕੀ ਕਦਮ ਜਿਹੜਾ ਜੀ ਉਠਾਉਂਦੇ ਨੇ ਇਹਦੇ ਬਾਰੇ ਜਾਣਦੇ ਹਾਂ। ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਕਿਤੇ ਜਾਣਾ ਨਾ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਅਗਲਾ ਬਿਰਤਾਂਤ ਜਾਣਦੇ ਹਾਂ ਡਾਕਟਰ ਸੰਧੂ ਰਾਣਾ ਕੋਲ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਕਿਵੇਂ ਹਾਪਕਿਨਸਨ ਮੇਵਾ ਸਿੰਘ ਦੇ ਉੱਪਰ ਦਬਾਅ ਪਾਉਂਦਾ ਹੈ ਜੀ ਆਪਣਾ ਬਿਆਨ ਬਦਲਣ ਵਾਸਤੇ, ਔਰ ਭਾਈ ਮੇਵਾ ਸਿੰਘ ਜਿਹੜਾ ਜੀ ਉਹ ਕਿਵੇਂ ਮਾਨਸਿਕ ਤੌਰ 'ਤੇ ਇੱਕ ਤਾਂ ਪਹਿਲਾਂ ਹੀ ਪੀੜ ਦੇ ਵਿੱਚੋਂ ਨਿਕਲ ਰਹੇ ਨੇ, ਅਤੇ ਫਿਰ ਉੱਤੋਂ ਮਾਨਸਿਕ ਦਬਾਅ ਉਹਨਾਂ ਦੇ ਉੱਪਰ ਹੋਰ ਪਾਇਆ ਜਾ ਰਿਹਾ ਜੀ ਹਾਪਕਿਨਸਨ ਵੱਲੋਂ, ਅਤੇ ਫਿਰ ਉਹਨਾਂ ਦਾ ਜਿਹੜਾ ਰੋਸ ਆ ਉਹ ਹੋਰ ਵੱਧ ਜਾਂਦਾ ਹੈ, ਅਤੇ ਇਹਦਾ ਕੀ ਨਿਕਲਦਾ ਨਤੀਜਾ, ਕੀ ਸਿੱਟਾ ਨਿਕਲਦਾ, ਇਹ ਵੀ ਜਾਣਦੇ ਹਾਂ ਡਾਕਟਰ ਸੰਧੂ ਹੋਣਾ ਕੋਲ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਚੁੱਕੇ ਹਾਂ ਕਿ ਹਾਪਕਿਨਸਨ ਲਗਾਤਾਰ ਦਬਾਅ ਪਾ ਰਿਹਾ ਸੀ, ਅਤੇ ਭਾਈ ਮੇਵਾ ਸਿੰਘ ਦੇ ਅੰਦਰ ਵੀ ਆ ਰਿਹਾ ਸੀਗਾ ਕਿ ਵੀ ਇੱਕ ਤਾਂ ਪਹਿਲਾਂ ਹੀ ਗਲਤ ਕੀਤਾ ਇਹਨਾਂ ਨੇ, ਔਰ ਦੂਸਰਾ ਮੈਨੂੰ ਮੇਰੇ ਪੰਜਾਬੀ ਭਾਈਚਾਰੇ ਦੇ ਖਿਲਾਫ ਜਾਣ ਨੂੰ ਕਹਿੰਦੇ ਨੇ। ਫਿਰ ਉਸ ਤੋਂ ਬਾਅਦ ਕੀ ਜਿਹੜਾ ਕਿਤੇ ਲਈ ਬੜਾ ਇਤਿਹਾਸਿਕ ਘਟਨਾ ਜਿਹੜੀ ਵਾਪਰੀ ਹੈ ਉਹਦੇ ਬਾਰੇ ਦੱਸੋ। ਉਹ ਇਤਿਹਾਸਿਕ ਘਟਨਾ ਜਿਵੇਂ ਅਸੀਂ ਵਾਰ ਵਾਰ ਜ਼ਿਕਰ ਕਰਦੇ ਵੀ ਕਰਮ ਵਾਰ ਕਿਵੇਂ ਇੱਕ ਪੌੜੀ ਜਿਵੇਂ ਚੜ੍ਹਦਾ ਬੰਦਾ ਦੂਜੀ ਪੌੜੀ ਚੜ੍ਹਦਾ, ਤੀਜੀ ਪੌੜੀ ਚੜ੍ਹਦਾ, ਉਹ ਸ਼ਾਂਤਮਈ ਰਹਿਣ ਵਾਲਾ ਬੰਦਾ ਜਿਹੜਾ ਸੀਗਾ ਕਿਵੇਂ ਉਹਦਾ ਰੋਹ ਜਿਹੜਾ ਹੌਲੀ 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 ਤੀਬਰ ਹੁੰਦਾ ਹੈ, ਅਤੇ ਹਾਪਕਿਨਸ ਨੂੰ ਜਦੋਂ ਲਗਾਤਾਰ ਦਬਾਅ ਪਾਉਂਦੇ ਪਏ ਨੇ, ਇਕੱਲਾ ਹਾਪਕਿਨਸ ਨਹੀਂ ਪਾਉਂਦਾ, ਜਿੰਨਾ ਵੀ ਬਾਕੀ ਟੋਲਾ ਹੈ, ਕਿ ਜਦੋਂ ਵੀ ਕਿਤੇ ਮਿਲਦੇ ਉਹਨੂੰ ਸਾਰੇ ਉਹੀ ਗੱਲ ਕਹਿੰਦੇ ਨੇ, ਬਚ ਜਾ, ਜਾਨ ਚਾਹੀਦੀ ਤਾਂ ਬਚ ਜਾ, ਨਹੀਂ ਤਾਂ ਤੇਰੇ ਨਾਲ ਭਾਗ ਸਿੰਘ ਵਾਲੀ ਕਰਾਂਗੇ। ਗੰਗਾ ਰਾਮ ਮਿਲਦਾ ਤਾਂ ਇਹੋ ਗੱਲ ਕਹਿੰਦਾ, ਬਾਬੂ ਸਿੰਘ ਮਿਲਦਾ ਤਾਂ ਇਹੋ ਗੱਲ ਕਹਿੰਦਾ, ਸਾਰੇ ਇਹੋ ਗੱਲ ਕਹਿੰਦੇ ਨੇ। ਇੱਕ ਦਿਨ ਬਾਬੂ ਸਿੰਘ ਨੇ ਉਹਨੂੰ ਨਾ ਇਸ ਤਰ੍ਹਾਂ ਕੀਤਾ ਕਿ ਉਹਨੂੰ ਭਾਗ ਸਿੰਘ ਨੂੰ ਬੁਰਾ ਭਲਾ ਕਹਿੰਦੇ, ਭਾਗ ਸਿੰਘ ਦੀ ਛੋਟੀ ਧੀ ਜਿਹੜੀ ਸੀ ਉਹਨੂੰ ਵੀ ਗਾਲ ਕੱਢੀ, ਅਤੇ ਜਦੋਂ ਇਹ ਗਾਲ ਕੱਢੀ ਨਾ, ਅਤੇ ਭਾਈ ਭਾਈ ਮੇਵਾ ਸਿੰਘ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹਿੰਦੇ ਨੇ, ਕਹਿੰਦੇ ਕਿ ਮੇਰੇ ਅੰਦਰ ਅੱਗ ਲੱਗ ਉੱਠੀ ਜਦੋਂ ਉਹਨੇ ਇੱਕ ਛੋਟੀ ਬੱਚੀ ਨੂੰ ਗਾਲ ਕੱਢੀ, ਮੇਰੇ ਅੰਦਰ ਅੱਗ ਲੱਗ ਉੱਠੀ ਵੀ ਇਹ ਬੰਦੇ ਜਿਹੜੇ ਨੇ ਵੀ ਇਸ ਕਿਸ ਹੱਦ ਤੱਕ ਮਤਲਬ ਇਹ ਲੋਕ ਜਾ ਸਕਦੇ, ਇੱਕ ਛੋਟੀ ਬੱਚੀ ਨੂੰ ਵੀ ਇਹ ਗਾਲਾਂ ਕੱਢਦੇ ਨੇ, ਹੈ ਨਾ। ਤੋ ਇਹ ਉਹਦੀ ਸੰਵੇਦਨਸ਼ੀਲਤਾ ਜਿਵੇਂ ਕਹਿੰਦੇ ਸਿਖਰ ਸੀਗੀ ਇੱਕ ਤਰੀਕੇ ਦੇ ਨਾਲ, ਵੀ ਇੱਕ ਦੁੱਖ ਦੂਜੀ ਪੀੜ ਤੀਜੀ ਪੀੜ, ਇਸ ਗੱਲ ਦੇ ਨਾਲ ਵੀ ਜਿਹੜਾ ਕਿ ਮੈਂ ਸਮਝਦਾ ਵੀ ਇਹ ਵੀ ਇੱਕ ਉਹਦੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਭਾਈ ਭਾਗ ਸਿੰਘ ਦੀ ਧੀ ਦਾ ਨਾਂ ਲੈ ਕੇ ਗਾਲ ਕੱਢਣੀ ਵੀ ਜਿਹੜੀ ਸਿੱਖਣੀ, ਇਸ ਗੱਲ ਨੇ ਵੀ ਉਹਨੂੰ ਬੜੀ ਤਕਲੀਫ ਦਿੱਤੀ। ਇਹ ਦੁਸ਼ਯੰਤ ਕੁਮਾਰ ਦਾ ਸ਼ੇਰ ਹੈਗਾ ਕਿ ਉਹਦੀ ਭਲਮਾਨਸੀ ਨੂੰ ਇਸ ਤਰੀਕੇ ਦੇ ਨਾਲ ਲਿਆ ਗਿਆ ਵੀ ਇਹ ਸ਼ਾਇਦ ਉੱਠਣ ਜੋਗਾ ਨਹੀਂ, ਬੋਲਣ ਜੋਗਾ ਨਹੀਂ ਹੈਗਾ, ਹੈ ਨਾ। ਤਾਂ ਉਹ ਕਹਿੰਦਾ ਕਿ ਇਹ ਜਿਸਮ ਬੋਝ ਸੇ ਝੁਕ ਕਰ ਦੋਹਰਾ ਹੁਆ ਹੋਗਾ, ਇਹ ਜਿਸਮ ਬੋਝ ਸੇ ਝੁਕ ਕਰ ਦੋਹਰਾ ਹੁਆ ਹੋਗਾ, ਮੈਂ ਸਜਦੇ ਮੈਂ ਨਹੀਂ ਥਾ, ਆਪਕੋ ਧੋਖਾ ਹੁਆ ਹੋਗਾ। ਮਤਲਬ ਪਤਾ ਜੇ ਮੈਂ ਹੁਣ ਤੱਕ ਝੁਕਿਆ ਹੋਇਆ ਨਾ, ਤਾਂ ਇਹ ਬੋਝ ਦੇ ਕਰਕੇ ਆ ਜੀ, ਇਹ ਨਾ ਮਤ ਸਮਝੋ ਕਿ ਮੈਂ ਸਜਦੇ ਵਿੱਚ ਆ, ਅਰਦਾਸ ਵਿੱਚ ਆ, ਤੁਹਾਡੇ ਅੱਗੇ ਜੀ ਹਜ਼ੂਰੀ ਕਰਦਾ ਪਿਆ। ਮਤਲਬ ਕੀ ਆ ਕਿ ਬੰਦਾ ਜਿਹੜਾ ਕਿ ਨਹੀਂ, ਉਹਦੇ ਉੱਤੇ ਜਦੋਂ ਤੁਸੀਂ ਜ਼ੁਲਮ ਕਰਦੇ ਆ, ਧੱਕਾ ਕਰਦੇ ਆ, ਅਤੇ ਉਹਦੇ ਉੱਤੇ ਭਾਰ ਵਾਰ ਵਾਰ ਹੋਰ ਰੱਖੀ ਜਾਂਦੇ ਆ, ਹੋਰ ਰੱਖੀ ਜਾਂਦੇ ਆ, ਹੋਰ ਰੱਖੀ ਜਾਂਦੇ, ਅਤੇ ਉਹ ਭਾਰ ਸਹੀ ਜਾਂਦਾ ਹੈ ਜੀ। ਪਰ ਇੱਕ ਦਿਨ ਇਹੋ ਜਿਹਾ ਆਉਂਦਾ ਜਦੋਂ ਉਹਦੀ ਧੌਣ ਜਿਹੜੀ ਹੈ ਕਿ ਨਹੀਂ ਉਹ ਟੁੱਟਣ 'ਤੇ ਆ ਜਾਂਦੀ ਹੈ, ਜਾਂ ਉਹ ਧੌਣ ਟੁੱਟ ਕੇ ਮਰ ਜਾਵੇ,
ਤੇ ਜਾਂ ਫਿਰ ਉਹ ਧੌਣ ਤੋਂ ਭਾਰ ਭਰਾ ਵਗਾਹ ਮਾਰੇ। ਭਾਈ ਮੇਵਾ ਸਿੰਘ ਦੀ ਹਾਲਤ ਹੁਣ ਇਹ ਹੋ ਗਈ ਸੀਗੀ ਕਿ ਜਾਂ ਤਾਂ ਉਹ ਜਿਹੜਾ ਉਹ 'ਤੇ ਲਗਾਤਾਰ ਦਬਾਓ ਪੈਂਦਾ ਰਿਹਾ ਅਤੇ ਉਸ ਦਬਾਓ ਦੇ ਸਿੱਟੇ ਵਜੋਂ ਜਿਹੜਾ ਐਕਸ਼ਨ ਉਹਨੂੰ ਕਰਨਾ ਪੈਣਾ ਆ ਆਪਣੇ ਭਰਾਵਾਂ ਦੇ ਖਿਲਾਫ ਜਾਣ ਦਾ ਅਤੇ ਬੇਲਾ ਸਿੰਘ ਦੇ ਹੱਕ ਵਿੱਚ ਜਾਣ ਦਾ ਅਤੇ ਗਦਾਰ ਬਣ ਜਾਣ ਦਾ, ਜਾਂ ਤਾਂ ਉਹ ਇਹ ਜ਼ਲਾਲਤ ਸਹਿ ਲਵੇ ਅਤੇ ਜਾਂ ਇਹ ਸਾਰੇ ਡਰ ਅਤੇ ਖੌਫ ਆਪਣੇ ਸਿਰ ਤੋਂ ਵਗਾ ਕੇ ਜਿਹੜਾ ਭਾਰ ਸੀ ਉਹ ਪਰਾਂ ਮਾਰੇ ਅਤੇ ਸਵੈ ਮਾਰ ਦੇ ਨਾਲ ਸਿੱਧਾ ਜਿਹੜਾ ਉਹ ਆਪਣਾ ਸਿਰ ਉੱਚਾ ਚੁੱਕ ਕੇ ਖੜੋ ਜਾਵੇ। ਔਰ ਉਹਨੇ ਫਿਰ ਇਹੋ ਹੀ ਫੈਸਲਾ ਕੀਤਾ। ਠੀਕ ਹੈ, ਇਹ ਜਦੋਂ ਆਪਾਂ ਦੱਸਿਆ ਹੈ ਕਿ ਹਰ ਤਰੀਕ ਦੇ ਉੱਤੇ ਸਾਰੇ ਜਿਹੜੇ ਗਵਾਹ ਸਨ ਉਹ ਜਾਂਦੇ ਸਨ। ਮੁਕੱਦਮਾ ਜਦੋਂ ਸ਼ੁਰੂ ਹੁੰਦਾ, ਜਦੋਂ ਮੁਕੱਦਮਾ ਫਿਰ ਸ਼ੁਰੂ ਹੋ ਜਾਂਦਾ ਆ ਅਤੇ ਉਸ ਦਿਨ ਦਾ ਜਿਹੜਾ ਜ਼ਿਕਰ ਹੈਗਾ ਆ ਉਹ ਕੁਝ ਇਸ ਤਰੀਕੇ ਦੇ ਨਾਲ ਹੈ ਕਿ ਕਹਿੰਦੇ ਨੇ ਕਿ ਜਿਹੜਾ ਹਾਪਕਿਨਸਨ ਆ ਜੀ ਉਹ ਪਹਿਲਾਂ ਆਪਣੇ ਇਮੀਗ੍ਰੇਸ਼ਨ ਦੇ ਦਫ਼ਤਰ ਜਾਂਦਾ, ਉਹਨੇ ਮੈਲਕਮ ਰੀਡ ਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਸੀ। ਠੀਕ ਹੈ, ਪਰ ਮੈਲਕਮ ਰੀਡ ਉੱਧਰ ਕੁਦਰਤੀ ਲੇਟ ਹੋ ਗਿਆ, ਆਇਆ ਨਹੀਂ ਅਤੇ ਮੈਂ ਲੇਟ ਨਾ ਹੋ ਜਾਵਾਂ ਇਹ ਸੋਚ ਕੇ ਹਾਪਕਿਨਸਨ ਜਿਹੜਾ ਕੋਰਟ ਵਿੱਚ ਚਲੇ ਜਾਂਦਾ ਹੈ। ਉਹ ਬੇਸਮੈਂਟ ਦੀਆਂ ਪੌੜੀਆਂ ਚੜ੍ਹ ਕੇ ਐਲੀਵੇਟਰ ਦੇ ਰਾਹੀਂ ਉੱਪਰ ਜਾਂਦਾ ਅਤੇ ਅੱਗੇ ਕੋਰਟ ਰੂਮ ਦੇ ਬਾਹਰ ਜਿਹੜਾ ਕੋਰੀਡੋਰ ਆ ਕਿ ਨਹੀਂ ਜੀ, ਉੱਥੇ ਜਾ ਕੇ ਕੋਰਟ ਰੂਮ ਦੇ ਬਾਹਰ ਉਹ ਆਪਣੇ ਹੋਰ ਕਿਸੇ ਸਾਥੀ ਨੂੰ ਉਡੀਕਣ ਦੇ ਵਾਸਤੇ ਖੜੋਤਾ, ਉਹਨੇ ਕੰਧ ਦੇ ਨਾਲ ਲਾਈ ਹੋਈ ਹੈ ਢੋ ਅਤੇ ਜੇਬਾਂ ਦੇ ਵਿੱਚ ਹੱਥ ਪਾਏ ਹੋਏ ਨੇ। ਠੀਕ ਹੈ, ਇਸੇ ਵੇਲੇ ਹੀ ਪੰਜ ਸਾਊਥ ਇੰਡੀਅਨਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਭਾਈ ਮੇਵਾ ਸਿੰਘ ਆ ਜੀ, ਉਹਨੇ ਵੀ ਆਪਣੀ ਪਤਲੂਣ ਦੀਆਂ ਦੋਵਾਂ ਜੇਬਾਂ ਦੇ ਵਿੱਚ ਹੱਥ ਪਾਏ ਹੋਏ ਨੇ ਅਤੇ ਉਹ ਵੀ ਤੁਰਦਾ ਤੁਰਦਾ ਹਾਪਕਿਨਸਨ ਦੇ ਕੋਲ ਆ ਕੇ ਖਲੋ ਜਾਂਦਾ। ਹਾਪਕਿਨਸਨ ਨੂੰ ਮੇਵਾ ਸਿੰਘ 'ਤੇ ਕੋਈ ਸ਼ੱਕ ਨਹੀਂ ਹੈਗਾ ਜੀ, ਕਿਉਂਕਿ ਉਹ ਤਾਂ ਉਹਨੂੰ ਸਮਝਦਾ ਸੀ ਵੀ ਇਹਨੂੰ ਕਿਸੇ ਵੀ ਵੇਲੇ ਜਿਹੜਾ ਕਿ ਨਹੀਂ ਆਪਣੇ ਹੱਕ ਵਿੱਚ ਭੁਗਤਾਇਆ ਜਾ ਸਕਦਾ। ਮੇਵਾ ਸਿੰਘ ਜਦੋਂ ਉਹਦੇ ਕੋਲ ਆਇਆ ਅਤੇ ਉਹ ਬੜੇ ਉਹਨੇ ਆਰਾਮ ਦੇ ਨਾਲ ਹੀ ਆਪਣੇ ਹਿਸਾਬ ਦੇ ਨਾਲ ਖੜੋਤਾ ਰਿਹਾ। ਉੱਥੇ ਜਾਂਦੇ ਮੇਵਾ ਸਿੰਘ ਨੇ ਆਪਣੀਆਂ ਦੋਵਾਂ ਜੇਬਾਂ ਦੇ ਪਤਲੂਣ ਦੀਆਂ ਦੇ ਵਿੱਚੋਂ ਦੋ ਰਿਵਾਲਵਰ ਜਿਹੜੇ ਕੱਢੇ ਸੀਗੇ ਅਤੇ ਜਿਹੜਾ ਬੱਤੀ ਬੋਰ ਦਾ ਸੱਜੇ ਹੱਥ ਵਿੱਚ ਫੜਿਆ ਹੋਇਆ ਪਿਸਤੌਲ ਸੀਗਾ ਉਹਦੇ ਨਾਲ ਉਹਨੇ ਹਾਪਕਿਨਸਨ ਉੱਤੇ ਵਾਰ ਕੀਤਾ, ਗੋਲੀ ਚਲਾਈ। ਮਤਲਬ ਕੋਰਟ ਰੂਮ ਦੇ ਵਿੱਚ ਨਹੀਂ ਸੀ ਹੋਇਆ, ਬਾਹਰ ਹੀ ਹੋ ਗਿਆ ਸੀ। ਕੋਰਟ ਰੂਮ ਦੇ ਬਾਹਰ ਕੋਰੀਡੋਰ ਜਿਹੜਾ ਕੋਰੀਡੋਰ ਦੇ ਵਿੱਚ ਸੀ, ਅਜੇ ਅੰਦਰ ਨਹੀਂ ਗਏ, ਅਜੇ ਬਾਹਰ ਹੀ ਅਜੇ ਸੀਗੇ। ਅਤੇ ਜਦੋਂ ਉਹਨੇ ਕੀਤਾ ਅਤੇ ਹਾਪਕਿਨਸਨ ਜਿਹੜਾ ਉਹ ਲਪਕ ਕੇ ਉਹਦੇ ਪੱਟਾਂ ਨੂੰ ਪਿਆ ਥੱਲਿਓਂ ਚੁੱਕਣ ਦੇ ਵਾਸਤੇ। ਅਤੇ ਪਰ ਭਾਈ ਭਾਗ ਸਿੰਘ ਵੀ ਜਿਹੜਾ ਸੀ ਕਿ ਨਹੀਂ ਉਹ ਭਾਵੇਂ ਕੱਦ ਦਾ ਬਹੁਤਾ ਲੰਬਾ ਤਾਂ ਨਹੀਂ ਸੀ, ਪਰ ਭਾਈ ਮੇਵਾ ਸਿੰਘ ਭਾਈ ਮੇਵਾ ਸਿੰਘ ਬਹੁਤਾ ਕੱਦ ਦਾ ਲੰਬਾ ਨਹੀਂ ਸੀ ਪਰ ਤਗੜੇ ਜੁੱਸੇ ਵਾਲਾ ਸੀਗਾ। ਉਹਨੇ ਉਹ ਡਿੱਗਾ ਨਹੀਂਗਾ, ਉਹਨੇ ਆਪ ਨੂੰ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਜਿਹੜਾ ਉਹਦੇ ਹੱਥ ਵਿੱਚ ਰਿਵੋਲਵਰ ਸੀਗਾ ਉਹ ਉਹਦੀ ਮੁੱਠ ਜਿਹੜੀ ਸੀ ਉਹਨੇ ਉਹਦੇ ਸਿਰ ਦੇ ਵਿੱਚ ਮਾਰਨੀ ਸ਼ੁਰੂ ਕੀਤੀ। ਹੈਂ, ਫਿਰ ਉਹਨੇ ਅਚਨਚੇਤ ਪੈਟਲਾ ਬਦਲਿਆ, ਜਿਹੜਾ ਸੱਜੇ ਹੱਥ ਵਾਲਾ ਰਿਵੋਲਵਰ ਸੀਗਾ ਉਹ ਉਹਨੇ ਪਾਸੇ ਸੁੱਟ ਦਿੱਤਾ ਅਤੇ ਖੱਬੇ ਹੱਥ ਵਿੱਚ ਜਿਹੜਾ ਪਿਸਤੌਲ ਸੀਗਾ ਉਹ ਸੱਜੇ ਹੱਥ ਵਿੱਚ ਲੈ ਕੇ ਅਤੇ ਫਿਰ ਉਹਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਔਰ ਉਹ ਜਿਹੜੀਆਂ ਗੋਲੀਆਂ ਸੀਗੀਆਂ ਉਹ ਇੱਕ ਗੋਲੀ ਮਾਰਦਾ ਸੀਗਾ ਅਤੇ ਹਿਊ ਜੌਨਸਟਨ ਲਿਖਦਾ ਹੈ, ਕਹਿੰਦਾ ਜਦੋਂ ਇੱਕ ਗੋਲੀ ਮਾਰਦਾ ਸੀ ਪ੍ਰਤੱਖ ਦਰਸ਼ੀ ਨੇ ਜਿਹਨਾਂ ਨੇ ਸਾਹਮਣੇ ਵੇਖਿਆ ਚਸ਼ਮਦੀਦ ਗਵਾ, ਉਹ ਕਿਉਂਕਿ ਬਹੁਤ ਕੋਰਟ ਜਿਹੜੀ ਅੰਦਰ ਕੋਰਟ ਦੇ ਵਿੱਚ ਵੀ ਬੰਦੇ ਹੈਗੇ ਸੀ, ਆਸੇ ਪਾਸੇ ਵੀ ਕਰਮਚਾਰੀ ਸੀ ਹੋਰ ਲੋਕ ਸੀਗੇ ਜਿਹਨਾਂ ਨੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ, ਉਹ ਕਹਿੰਦੇ ਵੀ ਇੱਕ ਗੋਲੀ ਮਾਰਦਾ ਸੀਗਾ ਅਤੇ ਆਪਣੀ ਬਾਂਹ ਜਿਹੜੀ ਸੀ ਦੂਜੀ ਖੜੀ ਕਰਦਾ ਸੀਗਾ ਸਮਾਨ ਵਾਲੀ, ਇੱਕ ਗੋਲੀ ਮਾਰਦਾ ਸੀ ਬਾਂਹ ਖੜੀ ਜਿੱਦਾਂ ਕੋਈ ਖਿਡਾਰੀ ਪੁਆਇੰਟ ਲੈ ਕੇ ਅਤੇ ਆਪਣਾ ਹੱਥ ਉੱਚਾ ਕਰਦਾ ਕਿ ਨਹੀਂ, ਮਤਲਬ ਉਹਨੇ ਆਪਣਾ ਜਿਹੜਾ ਸਾਰਾ ਗੁੱਸਾ ਸੀ ਕਿ ਨਹੀਂ ਉਸ ਵੇਲੇ ਉਹ ਕੱਢ ਲਿਆ। ਔਰ ਜਦੋਂ ਉਹਨੇ ਦੇਖ ਲਿਆ ਕਿ ਇਹ ਹੁਣ ਮਰ ਗਿਆ ਅਤੇ ਫਿਰ ਉਹ ਕਿਤੇ ਦੌੜਿਆ ਨਹੀਂਗਾ ਜੀ, ਉਹ ਸ਼ਾਂਤ ਚਿੱਤ ਉੱਥੇ ਖਲੋਤਾ। ਉਹਨੂੰ ਸਾਰਾ ਦ੍ਰਿਸ਼ ਜਿਹੜਾ ਸੀ ਉਹ ਦੇਖਦੇ ਪਏ, ਕੋਰਟ ਰੂਮ ਦੇ ਵਿੱਚ ਵੀ ਲੋਕ ਦੇਖਦੇ ਪਏ ਨੇ, ਕਿਸੇ ਨੇ ਬਾਹਰ ਆ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜੇ ਬਾਹਰ ਕਰਮਚਾਰੀ ਨੇ ਉਹਨਾਂ ਨੇ ਵੀ ਕਿਸੇ ਨੇ ਬਚਾਉਣ ਦੀ ਆ ਕੇ ਕੋਸ਼ਿਸ਼ ਨਹੀਂ ਕੀਤੀ। ਕੋਰਟ ਵਾਲਿਆਂ ਤਾਂ ਸਗੋਂ ਇਹ ਕੀਤਾ ਵੀ ਉਹਨਾਂ ਨੇ ਅੰਦਰ ਦਰਵਾਜ਼ਾ ਬੰਦ ਕਰ ਲਿਆ ਮੌਕਾ ਵੇਖ ਕੇ, ਹੈ ਨਾ ਜੀ। ਅਤੇ ਜਦੋਂ ਉਹਨੇ ਇਹ ਸਾਰਾ ਕੁਛ ਜਿਹੜਾ ਸੀ ਕਰ ਲਿਆ ਅਤੇ ਫਿਰ ਇੱਕ ਮੁਲਾਜ਼ਮ ਸੀਗਾ ਕੋਰਟ ਦਾ ਜਿਹਦਾ ਨਾਂ ਸੀ ਰਿਚਰਡ ਪੌਲੀ। ਡਾਕਟਰ ਸਾਹਿਬ ਇਹ ਜਿਹੜਾ ਕਿਉਂਕਿ ਇਹ ਵਰਤਾਂਤ ਬਹੁਤ ਨਾਜ਼ੁਕ ਮੋੜ ਦੇ ਉੱਪਰ ਪਹੁੰਚਿਆ ਹੋਇਆ ਜੀ, ਔਰ ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਮੈਂ ਕਹਿੰਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਇਹਨੂੰ ਆਪਾਂ ਬਹੁਤ ਬਰੀਕੀ ਦੇ ਨਾਲ ਬੜੇ ਵਿਸਥਾਰ ਦੇ ਨਾਲ ਇਸ ਪੁਆਇੰਟ ਨੂੰ ਡਿਸਕਸ ਕਰਾਂਗੇ। ਨਾਲ ਮੇਰਾ ਇੱਕ ਹੋਰ ਸਵਾਲ ਉਹ ਵੀ ਆ ਕਿ ਜਿਵੇਂ ਕਿ ਭਾਈ ਮੇਵਾ ਸਿੰਘ ਲੋਪੋ ਕੇ ਹੁਣਾਂ ਨੇ ਟਾਰਗੇਟ ਕੀਤਾ ਹਾਪਕਿਨਸਨ ਨੂੰ, ਬੇਲਾ ਸਿੰਘ ਹੁਣਾਂ ਨੇ ਭਾਗ ਸਿੰਘ ਔਰ ਬਦਨ ਸਿੰਘ ਦਾ ਕਤਲ ਕੀਤਾ ਸੀ, ਔਰ ਖਾਸ ਤੌਰ 'ਤੇ ਉਹਨਾਂ ਨੇ ਮਤਲਬ ਇੱਕ ਤਰੀਕੇ ਨਾਲ ਉਹਨਾਂ ਦੇ ਸਰਦਾਰ ਨੂੰ ਹੀ ਸੋਚ ਕੇ, ਬੇਲਾ ਸਿੰਘ ਜਿਹੜਾ ਸੀਗਾ ਉਹ ਵੀ ਉਹਨਾਂ ਦੇ ਨਿਸ਼ਾਨੇ ਤੋਂ ਕਿਉਂ ਖੁੰਝ ਗਿਆ, ਮਤਲਬ ਕਾਫੀ ਸਾਰੇ ਸਵਾਲ ਨੇ
ਕਿ ਵੀ ਉਹਨਾਂ ਨੇ ਪਹਿਲੀ ਗੱਲ ਤੇ ਮੋਟੀ ਗੱਲ ਆ ਜੀ ਕਿ ਜਿਸ ਤਰ੍ਹਾਂ ਭਾਈ ਭਾਗ ਸਿੰਘ ਨੂੰ ਭਰੇ ਲੋਕਾਂ ਦੀ ਹਾਜ਼ਰੀ ਵਿੱਚ ਬੇਲਾ ਸਿੰਘ ਨੇ ਕਤਲ ਕੀਤਾ ਸੀ, ਇਸ ਤਰ੍ਹਾਂ ਹੀ ਲੋਕਾਂ ਦੀ ਪਬਲਿਕ ਦੀ ਹਾਜ਼ਰੀ ਵਿੱਚ ਮੇਵਾ ਸਿੰਘ ਨੇ ਹਾਪਕਿਨਸਨ ਨੂੰ ਕਤਲ ਕਰਕੇ ਉਸ ਕਾਂਡ ਦਾ ਜਿਹੜਾ ਸੀ ਉਹ ਬਦਲਾ ਲਿਆ। ਬਾਕੀ ਗੱਲ ਆਪਾਂ ਅੱਗੇ ਕਰ ਲਈ। ਜ਼ਰੂਰ ਜੀ, ਅਗਲੇ ਪ੍ਰੋਗਰਾਮ ਤੱਕ ਤੁਸੀਂ ਉਡੀਕ ਰੱਖਣੀ ਅਤੇ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਇਸ ਕਾਂਡ ਬਾਰੇ ਚਾਨਣਾ ਪਾਵਾਂਗੇ ਜੀ, ਅਤੇ ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।